ਹਾਂ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹਾਂ ਜਰਮਨੀ ਮੇਡ ਟਰੈਕਟਰ ਆ ਇਹ 1956 ਮਾਡਲ ਟਰੈਕਟਰ ਆ ਤੇ ਇਹ ਜਿਹੜਾ ਟਰੈਕਟਰ ਆ ਲੈਂਸ ਬੁਲਡੋਗ ਸੀਰੀਜ਼ ਦਾ ਟਰੈਕਟਰ ਆ ਤੇ ਇਹ ਜਿਹੜਾ ਟਰੈਕਟਰ ਆ ਇਹ ਦੁਬਾਰਾ ਤੋਂ ਮੋਡੀਫਾਈ ਕੀਤਾ ਗਿਆ ਵੈਸੇ ਤਾਂ ਇਹ ਜਿਹੜਾ ਟਰੈਕਟਰ ਆ ਇਹ 44 ਹਾਰਸ ਪਾਵਰ ਆ ਤੇ 90 ਲੀਟਰ ਦੀ ਇਹ ਟਰੈਕਟਰ ਦੇ ਟੈਂਕੀ ਆ ਤੇ ਇੱਕ ਸਿਲੰਡਰ ਇਹ ਟਰੈਕਟਰ ਸੀ ਪਰ ਹੁਣ ਇਹ ਟਰੈਕਟਰ ਨੂੰ ਜਦੋਂ ਮੋਡੀਫਾਈ ਕੀਤਾ ਗਿਆ ਤਾਂ ਇਹ ਸਪੈਸ਼ਲ ਇਸ ਚੀਜ਼ ਲਈ ਤਿਆਰ ਕੀਤਾ ਗਿਆ ਕਿ ਇਹ ਆਸਟ੍ਰੇਲੀਆ ਦੇ ਵਿੱਚ ਟੋਚਨਾ ਦੇ ਮੁਕਾਬਲੇ ਲਈ ਜਾਂਦਾ ਜਿਹੜੀ ਟਰੈਕਟਰ ਪੁੱਲ ਹੁੰਦੇ ਨੇ ਉਹਦੇ ਲਈ ਇਹ ਸਪੈਸ਼ਲ ਤੋਂ ਤਿਆਰ ਕੀਤਾ ਗਿਆ ਅਤੇ ਇਸ ਟਰੈਕਟਰ ਦੀ ਜਿਹੜੀ ਖਾਸੀਅਤ ਆ ਨਾ ਸਲੈਂਸਰ ਤੁਸੀਂ ਜਿਹੜਾ ਦੇਖ ਰਹੇ ਹਾਂ ਇਹ ਟਰੈਕਟਰ ਦੀ ਇੱਕ ਵਾਰੀ ਆਵਾਜ਼ ਸੁਣਿਓ ਤੁਹਾਨੂੰ ਐਂ ਲੱਗੇਗਾ ਕਿ ਜਿਵੇਂ ਬੁਲਟ ਚੱਲਿਆ ਹੁੰਦਾ ਇਸ ਤਰੀਕੇ ਦੇ ਨਾਲ ਇਹ ਟਰੈਕਟਰ ਦੀ ਆਵਾਜ਼ ਆ ਅਤੇ ਇਸ ਤਰੀਕੇ ਦੀ ਆਸਟ੍ਰੇਲੀਆ ਦੇ ਡੇਅਰੀ ਫਾਰਮ ਦੇ ਨਾਲ ਸੰਬੰਧਿਤ ਆਸਟ੍ਰੇਲੀਆ ਦੀ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਦੇ ਲਈ ਕਿੱਤਾ ਖੇਤੀਬਾੜੀ ਚੈਨਲ ਨੂੰ ਫੋਲੋ